ਮੈਂ ਅੱਜ ਪਿੰਡ ਨੂੰ ਜਾ ਰਿਹਾ ਸੀਗਾ ਰਾਜਸਥਾਨ ਨੂੰ। ਗੱਲ ਤਾਂ ਮੇਰੀ 2-3 ਦਿਨ ਪਹਿਲਾਂ ਹੀ ਹੋ ਗਈ ਸੀ ਵੀਰ ਦੇ ਨਾਲ। ਮੈਂ ਪੋਸਟ ਪਾਈ ਸੀਗੀ, ਵੀਡੀਓ ਸ਼ੇਅਰ ਕੀਤਾ ਸੀ ਇਹਨਾਂ ਦਾ ਫੇਸਬੁੱਕ 'ਤੇ। ਅਤੇ ਇਹਨਾਂ ਦਾ ਰਸਤੇ 'ਚ ਪਿੰਡ ਪੈਂਦਾ ਮੁਕਤਸਰ ਸਾਹਿਬ ਦੇ ਨਾਲ ਹੀ ਆ ਉਹਦੇ ਕਾਰਨ। ਅਤੇ ਮੈਂ ਜਾਂਦਾ ਜਾਂਦਾ ਮੈਂ 2 ਮਿੰਟ ਵੀਰ ਕੋਲ ਹੋ ਕੇ ਜਾਵਾਂ, ਨਾਲ ਇਹਨਾਂ ਦੀ ਜਿਵੇਂ ਸੁਣਦੇ ਸੀ ਮੈਂ ਚਾਹੁੰਦਾ ਸੀ ਮੈਂ ਆਪਣੇ ਅੱਖੀਂ ਦੇਖ ਕੇ ਜਾਵਾਂ ਘਰ ਦੀ ਹਾਲਤ। ਸੋ ਦੱਸਣ ਅਤੇ ਸੁਣਨ ਦੇ ਵਿੱਚ ਕਹਿੰਦੇ ਫਰਕ ਹੁੰਦਾ, ਵੈਸੇ ਬੰਦਾ ਉਹੀ ਆਈਡੀਆ ਲਾ ਲੈਂਦਾ। ਅਤੇ ਖਾਸੀ ਤਰਸਯੋਗ ਆ, ਮੀਂਹ ਦੇ ਵਿੱਚ ਮਕਾਨ ਵੀ ਟੁੱਟ ਗਿਆ ਪਿੱਛੇ। ਪਹਿਲਾਂ ਮੈਂ ਤੁਹਾਨੂੰ ਦੱਸਾਂ ਵੀ ਕਿਹਦੀ ਗੱਲ ਕਰ ਰਿਹਾ ਨਾ, ਇਹ ਵੀਰਾ ਜਿਹਨਾਂ ਦਾ ਪਿੱਛੇ ਜੇ ਗੀਤ ਇੱਕ ਮੈਂ ਪਾਇਆ ਸੀਗਾ, ਨਾਮ ਦੱਸੋ ਆਪਣਾ। ਹਾਂਜੀ, ਮੈਂ ਰਾਜੂ ਸਲੀਮ ਆ ਜੀ, ਅਤੇ ਮੈਂ ਭਾਅ ਜੀ ਹੋਰਾਂ ਦਾ ਤਾਂ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਇੱਥੇ ਮੇਰੇ ਗਰੀਬ ਦੀ ਨਗਰੀ ਦੇ ਵਿੱਚ। ਚਲੋ ਕੋਈ ਗੱਲ ਨਹੀਂ, ਉਹ ਨਹੀਂ ਧੰਨਵਾਦ ਵਾਲੀ ਗੱਲ ਨਹੀਂ। ਜਿਹੜਾ ਗੀਤ ਸੁਖਵਿੰਦਰ ਵਾਲਾ ਮੈਂ ਪਾਇਆ ਸੀ, ਰਾਜੂ ਸਲੀਮ ਆ ਇਹ, ਉਹ ਵੀਰ ਨੇ। ਅਤੇ ਇਹ ਇਹਨਾਂ ਦੇ ਘਰ ਦੀ ਹਾਲਤ ਜ਼ਿਆਦਾ ਮੈਂ ਕਹੂੰਗਾ ਤਾਂ ਫਿਰ ਹੋਰ ਕਈ ਨੂੰ ਨੈਗੇਟਿਵ ਦੂਜੇ ਐਂਗਲ ਤੋਂ ਲੈ ਜਾਂਦੇ ਆ, ਮੈਂ ਉਸ ਨਹੀਂ ਪਰ ਇੱਕ ਵਾਰੀ ਦੱਸਣਾ ਮੇਰਾ ਫਰਜ਼ ਬਣਦਾ। ਅਤੇ ਜਿਹਨੇ ਕਰਨਾ ਉਹਨੇ ਕਰ ਦੇਣਾ ਨਾ, ਮੈਂ ਜਿਹੜਾ ਕਰਨਾ ਉਹ ਪਰਮਾਤਮਾ ਨੇ ਮੇਰੇ ਤੋਂ ਕਰਵਾ ਲੈਣਾ ਆਪੇ। ਸੋ ਮੈਂ ਇੱਕ ਗੀਤ ਦੇ ਸਥਾਈ ਅੰਤਰਾ ਇਹਨਾਂ ਤੋਂ ਸੁਣਨ ਵਾਸਤੇ ਵੀਰ ਨੂੰ ਕਹੂੰਗਾ, ਬਾਕੀ ਗੱਲਾਂ ਫਿਰ ਕਰਦੇ ਹਾਂ। ਇੱਕ ਨਾ ਮੈਨੂੰ ਕੋਈ ਵੀ ਗੀਤ ਫਿਰੋਜ਼ ਖਾਨ ਦਾ ਸੁਣਾਇਓ ਤੁਸੀਂ। ਪਾਣੀ ਦੀਆਂ ਛੱਲਾਂ ਹੋਵਨ ਤੂੰ ਹੋਵੇ ਮੈਂ ਹੋਵਾਂ, ਪਿਆਰ ਦੀਆਂ ਗੱਲਾਂ ਹੋਵਨ ਤੂੰ ਹੋਵੇ ਮੈਂ ਹੋਵਾਂ, ਕੁਝ ਗੱਲਾਂ ਤੂੰ ਕਰੇ ਕੁਝ ਗੱਲਾਂ ਮੈਂ ਕਰਾਂ, ਕੁਝ ਗੱਲਾਂ ਤੂੰ ਕਰੇ ਕੁਝ ਗੱਲਾਂ ਮੈਂ ਕਰਾਂ, ਮੁੱਕੇ ਨਾ ਸਾਡੀ ਗੱਲਬਾਤ, ਪਾਣੀ ਦੀਆਂ ਛੱਲਾਂ ਹੋਵਨ ਤੂੰ ਹੋਵੇ ਮੈਂ ਹੋਵਾਂ। ਸ਼ੁਕਰੀਆ। ਕੀ ਬਾਤ, ਬਹੁਤ ਸੋਹਣੇ ਅਤੇ